ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਕੈਪਟਨ ਦੇ ਰੋਡ ਸ਼ੋਅ ਨੂੰ ਵਿਅਰਥ ਦੱਸਿਆ ਹੈ। ਸਿਮਰਜੀਤ ਸਿੰਘ ਬੈਂਸ ਦਾ ਕਹਿਣਾ ਹੈ ਕਿ ਕੈਪਟਨ ਦਾ ਵਿਰੋਧ ਲੋਕ ਇਨਸਾਫ਼ ਪਾਰਟੀ ਦੇ ਵਰਕਰਾਂ ਅਤੇ ਪਿੰਡ ਵਾਸੀਆਂ ਨੇ ਕੀਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਉਹ ਕੈਪਟਨ ਦਾ ਚਿਹਰਾ ਦੇਖ ਕੇ ਖੁਸ਼ ਨਹੀਂ ਹਨ। ਵਿਰੋਧ ਕਿਉਂਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਰੋਡ ਸ਼ੋਅ ਵਾਸਤੇ ਆਉਂਦੇ ਆ, ਉਹਨਾਂ ਨੇ ਆਪਣੀ ਪਾਰਟੀ ਆਪਣੇ ਕੈਂਡੀਡੇਟ ਦਾ ਪ੍ਰਚਾਰ ਕਰਨਾ, ਅਸੀਂ ਕਿਉਂ ਵਿਰੋਧ ਕਰਾਂਗੇ। ਸਾਡੇ ਇਸ ਚੱਕ ਪਿੰਡ ਦੀਆਂ ਸਤਿਕਾਰਯੋਗ ਔਰਤਾਂ ਨੂੰ ਪੁਲਿਸ ਗੈਰ ਕਾਨੂੰਨ ਤਰੀਕੇ ਦੇ ਨਾਲ ਹਿਰਾਸਤ 'ਚ ਲਵੇ। ਸੋ ਰੋਸ ਵਿੱਚ ਆਏ ਲੋਕਾਂ ਨੇ ਉਹਨਾਂ ਦਾ ਵਿਰੋਧ ਕੀਤਾ। ਔਰ ਕੁਦਰਤ ਬੜੀ ਬੇਅੰਤ ਹੈ, ਸਰਦਾਰ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਦਸਤਾਰ ਉਤਰੀ, ਮੈਨੂੰ ਉਸ ਗੱਲ ਦਾ ਬੜਾ ਅਫਸੋਸ ਹੈ। ਦਸਤਾਰ ਦੀ ਰਿਸਪੈਕਟ ਹਰ ਪੰਜਾਬੀ, ਹਰ ਦੇਸ਼ਵਾਸੀ, ਹਰ ਸਿੱਖ ਦਾ ਪਹਿਲਾ ਫਰਜ਼ ਹੈ, ਪਰ ਕੁਦਰਤ ਬੜੀ ਬੇਅੰਤ ਹੈ। ਉਹ ਬੰਦਾ ਜਿਹਨੇ ਬਹੁਤ ਵੱਡੇ ਵੱਡੇ ਝੂਠ ਪਵਿੱਤਰ ਗੁਟਕਾ ਸਾਹਿਬ ਮੱਥੇ ਨੂੰ ਲਾ ਕੇ ਵੱਡੇ ਝੂਠ ਬੋਲੇ ਹੋਣ, ਸਹੁੰਆਂ ਚੱਕੀਆਂ ਹੋਣ, ਅਤੇ ਜਿਹਦੀ ਪਾਰਟੀ ਦੇ ਵਜ਼ੀਰ ਅੰਮ੍ਰਿਤਧਾਰੀ ਸਿੱਖਾਂ ਦੀਆਂ ਪੱਗਾਂ ਪੈਰਾਂ 'ਚ ਰੋਲਦੇ ਹੋਣ, ਅੱਜ ਉਹਨੂੰ ਕੁਦਰਤ ਨੇ ਕ੍ਰਿਸ਼ਮਾ ਦਿਖਾਇਆ। ਮੈਨੂੰ ਅਫਸੋਸ ਹੈ ਕਿ ਉਹਨਾਂ ਦੀ ਦਸਤਾਰ ਉਤਰੀ ਹੈ, ਪਰ ਇਹ ਕੁਦਰਤ ਦਿਖਾਉਂਦੀ ਹੈ। ਬੰਦਾ ਸਮਝ ਲਓ ਇਹ ਚੰਗੀ ਗੱਲ, ਨਾ ਸਮਝ ਲਓ ਫਿਰ ਕੁਦਰਤ ਇਹ ਤੋਂ ਵੀ ਵੱਡੇ ਕ੍ਰਿਸ਼ਮਿਆਂ 'ਤੇ ਆ ਜਾਂਦੀ ਹੈ। ਸੋ ਇਹ ਰੋਡ ਸ਼ੋਅ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ, ਮੈਂ ਸਮਝਦਾ ਕਿ ਸਾਡੀ ਪਾਰਟੀ ਲਈ ਘਿਓ ਸਾਬਤ ਹੋਏਗਾ, ਦੇਸੀ ਘਿਓ, ਕਿਉਂਕਿ ਲੋਕਾਂ ਨੂੰ ਉਹ ਸੀਨ ਯਾਦ ਆ ਗਏ। ਹੋ ਸਕਦਾ ਸੀ ਲੋਕ ਥੋੜ੍ਹਾ ਜਿਹਾ ਧੁੰਦਲਾ ਹੋ ਗਿਆ ਹੋਵੇ, 2.5 ਸਾਲ ਪਹਿਲਾਂ ਦੀਆਂ ਉਹ ਗੱਲਾਂ ਕੈਪਟਨ ਅਮਰਿੰਦਰ ਸਿੰਘ ਜਦੋਂ ਹਰ ਘਰ ਦੇ ਵਿੱਚ ਨੌਕਰੀ ਦਿੰਦੇ ਸੀ, ਕੈਪਟਨ ਅਮਰਿੰਦਰ ਸਿੰਘ ਦੇ ਰੋਡ ਸ਼ੋਅ 'ਤੇ ਜਾਣ ਕਰਕੇ ਲੋਕਾਂ ਨੂੰ ਯਾਦ ਆ ਗਿਆ ਵੀ ਉਹੀ ਕੈਪਟਨ ਆ ਜਿਹੜੇ ਕਰਜ਼ਾ ਮਾਫ਼ੀ ਕਰਦੇ ਸੀ, ਇਹ ਉਹੀ ਕੈਪਟਨ ਆ ਜਿਹੜਾ ਖੇਤ ਮਜ਼ਦੂਰ ਦਲਿਤ ਦਾ ਕਰਜ਼ਾ, ਕਿਸਾਨ ਦਾ ਕਰਜ਼ਾ ਮਾਫ਼ ਕਰਦਾ ਸੀ। ਹੁਣ ਜਿਹੜੇ ਘਰਾਂ ਦੇ ਵਿੱਚ ਸਲਫਾਸ ਖਾ ਕੇ ਕਿਸਾਨਾਂ ਨੇ ਆਤਮ ਹੱਤਿਆ ਕੀਤੀ, ਖੇਤ ਮਜ਼ਦੂਰ ਦਲਿਤਾਂ ਨੇ ਗਲ ਦੇ ਵਿੱਚ ਰੱਸੀਆਂ ਪਾ ਕੇ ਫਾਹੇ ਲਏ, ਉਹਨਾਂ ਦੇ ਪਰਿਵਾਰਾਂ ਨੂੰ ਯਾਦ ਹੈ, ਉਹਨਾਂ ਪਰਿਵਾਰਾਂ ਨੂੰ ਯਾਦ ਹੈ ਜਿਨ੍ਹਾਂ ਵਾਸਤੇ ਕੈਪਟਨ ਅਮਰਿੰਦਰ ਮੱਥੇ ਨੂੰ ਗੁਟਕਾ ਸਾਹਿਬ ਲਾ ਕੇ ਚਿੱਟਾ ਖਤਮ ਕਰਨ ਦੀ ਸਹੁੰ ਖਾਂਦੇ ਸੀ, ਜਿਨ੍ਹਾਂ ਦੇ ਘਰ ਦੇ ਵਿੱਚ ਚਿੱਟੇ ਦੇ ਦੈਂਤ ਨੇ ਕਿਸੇ ਦਾ ਪੁੱਤ, ਕਿਸੇ ਦਾ ਭਰਾ ਨਿਗਲ ਲਿਆ, ਉਹਨਾਂ ਨੂੰ ਕੈਪਟਨ ਅਮਰਿੰਦਰ ਸਿੰਘ ਦੇਖ ਕੇ ਪੂਰਾ ਜਿਹੜਾ ਚੇਤਾ ਆ ਗਿਆ ਵੀ ਇਹ ਦੰਭੀ ਝੂਠ ਬੋਲਣ ਵਾਲਾ ਮਕਾਰ ਜਿਹਨੇ ਸਾਡੀਆਂ ਭਾਵਨਾਵਾਂ ਨਾਲ ਖਿਲਵਾੜ ਕਰਕੇ ਝੂਠ ਬੋਲ ਕੇ ਸਾਡੇ ਕੋਲੋਂ ਵੋਟਾਂ ਲਈਆਂ। ਸੋ ਇਸ ਕਰਕੇ ਜਿਹੜਾ ਰੋਡ ਸ਼ੋਅ ਕੈਪਟਨ ਅਮਰਿੰਦਰ ਦਾ, ਇਹ ਲੋਕ ਇਨਸਾਫ਼ ਪਾਰਟੀ ਲਈ ਬੜਾ ਘਿਓ ਵਾਲਾ, ਕਿਉਂਕਿ ਲੋਕਾਂ ਨੂੰ ਪਿਛਲਾ ਸੀਨ ਸਿਨੈਰੀਓ ਸਾਰਾ ਰਿਵਾਇੰਡ ਹੋ ਕੇ ਰੀਫਰੈਸ਼ ਹੋ ਗਿਆ। ਲੋਕ 24 ਤਰੀਕ ਨੂੰ ਦੱਸਣਗੇ ਵੀ ਕੈਪਟਨ ਅਮਰਿੰਦਰ ਦੀ ਕਾਂਗਰਸ ਪਾਰਟੀ ਨੇ ਜੋ ਕਰਤੂਤਾਂ ਪੰਜਾਬ 'ਚ ਕੀਤੀਆਂ 2.5 ਸਾਲਾਂ 'ਚ, ਉਹਦਾ ਥੋਕਵਾਂ ਜਵਾਬ ਦੇਣ।